ਡੇਰਾ ਬਾਬਾ ਨਾਨਕ ਦੇ ਲੋਕਾਂ ਲਈ ਇੱਕ ਹੋਰ ਵੱਡੀ ਖੁਸ਼ੀ ਦੀ ਖਬਰ ਆਈ ਹੈ। ਭਾਰਤ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਯਾਨੀ ਕਿ POPSK ਖੋਲ੍ਹਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਦੇਸ਼ ਭਾਰਤ ਦੇ ਜੁਆਇੰਟ ਸਕੱਤਰ ਅਤੇ ਚੀਫ ਪਾਸਪੋਰਟ ਅਫਸਰ ਅਰੁਣ ਕੁਮਾਰ ਚੈਟਰਜੀ ਨੇ ਭਾਰਤੀ ਡਾਕ ਵਿਭਾਗ ਦੇ ਜਨਰਲ ਮੈਨੇਜਰ ਨਿਰਮਲਜੀਤ ਸਿੰਘ ਨੂੰ ਅਰਧ ਸਰਕਾਰੀ ਪੱਤਰ ਲਿਖ ਕੇ ਡੇਰਾ ਬਾਬਾ ਨਾਨਕ ਵਿਖੇ ਇਹ ਕੇਂਦਰ ਖੋਲ੍ਹਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 1 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਵੀ ਇਹ ਫੈਸਲਾ ਲਿਆ ਗਿਆ ਸੀ ਕਿ ਡੇਰਾ ਬਾਬਾ ਨਾਨਕ ਵਿਖੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ। ਇਸ ਸੰਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਡੇਰਾ ਬਾਬਾ ਨਾਨਕ ਤੋਂ ਸਾਡੇ ਸੀਨੀਅਰ ਪੱਤਰਕਾਰ ਗੁਰਕਿਰਪਾਲ ਸਿੰਘ ਵੱਲੋਂ। ਆਓ ਦੇਖਦੇ ਹਾਂ ਕਿ ਲੋਕ ਇਸ ਬਾਰੇ ਕੀ ਸੋਚਦੇ ਹਨ। ਪਾਸਪੋਰਟ ਸੇਵਾ ਕੇਂਦਰ ਡੇਰੇ ਖੁੱਲਣ ਜਾ ਰਿਹਾ ਕਿਵੇਂ ਦਾ ਮਹਿਸੂਸ ਕਰ? ਖੁਸ਼ੀ ਵਾਲੀ ਗੱਲ ਹੈ, ਬਹੁਤ ਡੇਰਾ ਬਾਬਾ ਨਾਨਕ ਦੇ ਲੋਕ ਖੁਸ਼ੀ ਮਹਿਸੂਸ ਕਰ ਰਹੇ ਨੇ। ਅਤੇ ਜਿਹੜਾ ਹਲਕੇ ਮੈਂ ਕਹਿੰਦਾ ਡੇਰਾ ਬਾਬਾ ਨਾਨਕ ਨੂੰ ਕਿਉਂ ਲਾਗੇ ਲਾਗੇ ਚੰਗੇ ਵੱਡੇ ਸ਼ਹਿਰ ਜਿਹੜੇ ਨੇ ਬਟਾਲਾ ਹੋ ਗਿਆ, ਇਹਨਾਂ ਨੂੰ ਇਹ ਵੀ ਇੱਥੇ ਆਇਆ ਕਰਨ ਕਿ ਉਹ ਡੇਰਾ ਬਾਬਾ ਨਾਨਕ ਦਾ ਨਾਂ ਜਿਹੜਾ ਵਾ ਉਹ ਜਿਸ ਤਰ੍ਹਾਂ ਦੁਨੀਆਂ 'ਚ ਇਸ ਟਾਈਮ 1 ਨੰਬਰ 'ਤੇ ਆਇਆ, ਚਲੋ ਇਹ ਵੀ ਲੋਕਾਂ ਨੂੰ ਫੈਸਿਲਿਟੀ ਮਿਲਦੀ। ਬਹੁਤ ਬਹੁਤ ਦੋਵੇਂ ਸਰਕਾਰਾਂ ਦਾ ਧੰਨਵਾਦ ਆ, ਭਾਰਤ ਸਰਕਾਰ ਦਾ ਵੀ, ਪੰਜਾਬ ਸਰਕਾਰ ਦਾ ਵੀ, ਜੋ ਬਹੁਤ ਵਧੀਆ ਆਪਣੇ ਉਪਰਾਲੇ ਕਰ ਰਹੇ ਨੇ। ਆਪਣੇ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਚੀਜ਼ ਦੀ ਫੈਸਿਲਿਟੀ ਇੱਕ ਸਾਥ ਦੀ ਮਿਲ ਰਹੀ। ਨਾਨਕ 'ਚ ਪਾਸਪੋਰਟ ਆਫਿਸ ਖੁੱਲ੍ਹਣ ਜਾ ਰਿਹਾ ਤੁਹਾਨੂੰ ਪਤਾ ਹੀ ਆ, ਕਿਵੇਂ ਦਾ ਲੱਗ ਰਿਹਾ ਜੀ? ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ, ਇਲਾਕਿਆਂ ਵਾਸੀਆਂ ਸੁਣ ਕੇ ਬੜੀ ਖੁਸ਼ੀ ਹੋਈ ਆ ਕਿ ਡੇਰਾ ਬਾਬਾ ਨਾਨਕ 'ਚ ਪਾਸਪੋਰਟ ਆਫਿਸ ਖੁੱਲ੍ਹਿਆ ਜਾ ਰਿਹਾ। ਅਸੀਂ ਸਾਰੇ ਸ਼ਹਿਰ ਵਾਸੀ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ, ਇੱਥੇ ਜ਼ਰੂਰ ਖੁੱਲ੍ਹਣਾ ਚਾਹੀਦਾ। ਅਸੀਂ ਦੋ ਸਰਕਾਰ ਧੰਨਵਾਦ ਕਰਦੇ ਹਾਂ। ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਸੇਵਾ ਕੇਂਦਰ ਡੇਰਾ ਬਾਬਾ ਨਾਨਕ ਵਿੱਚ ਖੋਲ੍ਹਿਆ ਜਾ ਰਿਹਾ, ਕਿਵੇਂ ਦਾ ਤੁਹਾਨੂੰ ਲੱਗ ਰਿਹਾ? ਇਹ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਪੁਰਾਣਕ ਸਾਹਿਬ ਦਾ ਕੋਰੀਡੋਰ ਦਾ ਲਾਂਘਾ ਬਣ ਰਿਹਾ ਹੈ, ਉਸਦੇ ਮੱਦੇਨਜ਼ਰ ਜੋ ਇਹ ਵਿਦੇਸ਼ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਨੂੰ ਔਰ ਸੈਂਟਰ ਗੌਰਮੈਂਟ ਨੇ ਸੁਵਿਧਾ ਦਿੱਤੀ ਹੈ ਪਾਸਪੋਰਟ ਦੀ, ਅਸੀਂ ਕੋਟ ਧੰਨਵਾਦ ਕਰਦੇ ਹਾਂ ਵੀ ਜੋ ਕਿ ਇੱਥੋਂ ਦੇ ਪਾਸਪੋਰਟ ਲੋਕਾਂ ਕੋਲ ਨਹੀਂ, 60% ਪਾਸਪੋਰਟ ਲੋਕਾਂ ਕੋਲ ਨਹੀਂ ਹੈਗੇ, ਔਰ ਉਹਨਾਂ ਨੂੰ ਇੱਥੇ ਹੀ ਪਾਸਪੋਰਟ ਦੀ ਫੈਸਿਲਿਟੀ ਮਿਲੇਗੀ ਔਰ ਇੱਥੇ ਕੋਰੀਡੋਰ ਤੋਂ ਦਰਸ਼ਨ ਸਥਲ ਤੋਂ ਅੱਗੇ ਜਾ ਕੇ ਦਰਸ਼ਨ ਕਰਨਗੇ ਔਰ ਲੋਕਾਂ ਨੂੰ ਦੂਰ ਦੁਰਾਡੇ ਜੋ ਪਾਸਪੋਰਟ ਕੇਂਦਰ ਨੇ ਉਹਨਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਪਾਸਪੋਰਟ ਸੇਵਾ ਕੇਂਦਰ ਡੇਰਾ ਬਾਬਾ ਨਾਨਕ ਖੁੱਲ੍ਹਣ ਜਾ ਰਿਹਾ ਤੁਹਾਨੂੰ ਕਿਵੇਂ ਦਾ? ਪਾਸਪੋਰਟ ਦਫ਼ਤਰ ਡੇਰਾ ਬਾਬਾ ਨਾਨਕ ਖੁੱਲ੍ਹਣ ਨਾਲ ਸਾਨੂੰ ਬਹੁਤ ਖੁਸ਼ੀ ਹੈ, ਤਾਂ ਕਿ ਲੋਕਾਂ ਨੂੰ ਜਿਹੜੀ ਹੈ ਦੂਰ ਦੁਰਾਡੇ ਕਿਸੇ ਨੂੰ ਹੁਸ਼ਿਆਰਪੁਰ ਕਿਸੇ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ, ਉਹ ਵੀ ਜਿਹੜੀ ਰੰਧਾਵਾ ਸਾਹਿਬ ਦੀ ਮਿਹਰਬਾਨੀ ਕਰਕੇ ਜਿਹੜਾ ਪਾਸਪੋਰਟ ਦਫ਼ਤਰ ਡੇਰਾ ਬਾਬਾ ਨਾਨਕ ਖੁੱਲ੍ਹਿਆ ਜਾ ਰਿਹਾ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ, ਤਾਂ ਕਿ ਜਿਹੜੇ ਲੋਕਾਂ ਨੂੰ ਬਾਹਰ ਦੂਰ ਜਾਣਾ ਪੈਂਦਾ ਸੀ ਉਹ ਪਾਸਪੋਰਟ ਜਿਹੜੇ ਨੇ ਉਹ ਡੇਰਾ ਬਾਬਾ ਨਾਨਕ ਸ਼ਹਿਰ ਦੇ ਵਿੱਚ ਜਿਹੜੇ ਨੇ ਉਹ ਬਣਨਗੇ। ਪਾਸਪੋਰਟ ਆਫਿਸ ਡੇਰਾ ਬਾਬਾ ਨਾਨਕ 'ਚ ਖੁੱਲ੍ਹਣ ਜਾ ਰਿਹਾ ਸੇਵਾ ਕੇਂਦਰ, ਪਾਸਪੋਰਟ ਸੇਵਾ ਕੇਂਦਰ, ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਭਾਅ ਜੀ ਲੱਗ ਰਿਹਾ, ਡੇਰਾ ਬਾਬਾ ਨਾਨਕ ਦੇ ਵਿੱਚ ਪਾਸਪੋਰਟ ਆਫਿਸ ਖੁੱਲ੍ਹ ਰਿਹਾ, ਬਹੁਤ ਬਹੁਤ ਵਧੀਆ ਅਤੇ ਖੁਸ਼ੀ ਵਾਲੀ ਗੱਲ ਹੈ, ਅਤੇ ਸਾਡੇ ਜਿੰਨੇ ਵੀ ਇੱਥੇ ਆਲੇ ਦੁਆਲੇ ਸਾਡੇ ਯਾਰ ਦੋਸਤ ਹੈ ਉਹ ਇਹ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਅਤੇ ਬਹੁਤ ਜ਼ਿਆਦਾ ਖੁਸ਼ ਹੈ। ਡੇਰਾ ਬਾਬਾ ਨਾਨਕ ਦੀ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਅਤੇ ਬਹੁਤ ਬਹੁਤ ਵਧੀਆ ਗੱਲ ਹੈ। ਮੰਤਰਾਲੇ ਵੱਲੋਂ ਵੱਡੀ ਖਬਰ ਡੇਰਾ ਬਾਬਾ ਨਾਨਕ ਵਾਸਤੇ ਆਈ ਹੈ, ਪਾਸਪੋਰਟ ਸੇਵਾ ਕੇਂਦਰ ਖੁੱਲ੍ਹਣ ਜਾ ਰਿਹਾ, ਤੁਹਾਨੂੰ ਕਿਵੇਂ ਲੱਗ ਰਿਹਾ? ਦੇਖੋ ਜੀ, ਇਹ ਡੇਰਾ ਬਾਬਾ ਨਾਨਕ ਦੇ ਲੋਕਾਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ, ਤਾਂ ਕਿ ਵਿਦੇਸ਼ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿੱਚ ਪਾਸਪੋਰਟ ਦਫ਼ਤਰ ਖੋਲ੍ਹ ਦਿੱਤਾ ਹੈ, ਖੋਲ੍ਹ ਦੇਣਾ ਹੈ, ਅਤੇ ਜਿਹਦੇ ਕਰਕੇ ਇਹ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ। ਦੂਰ ਦੂਰ ਹੋਏ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਆਪਣੇ ਪਾਸਪੋਰਟ ਬਣਵਾ ਸਕਣਗੀਆਂ, ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ,
ਅਤੇ ਇਹ ਇਲਾਕੇ ਦੇ ਲੋਕਾਂ ਨੂੰ ਇਹਦਾ ਧੰਨਵਾਦ ਕਰਨਾ ਚਾਹੀਦਾ ਹੈ।